ਸੋ ਹਾਂਜੀ ਕਿਵੇਂ ਹੋ ਸਾਰੇ ਅੱਜ ਆਪਣੇ ਵਿਆਹ ਵਾਲੇ ਮੁੰਡੇ ਦਾ ਹੈਗਾ ਆ ਸਗਨ ਅਤੇ ਮੰਮੀ ਹੋਣੀ ਰੈਡੀ ਹੋਣ ਗਏ ਆ ਅਤੇ ਇੱਧਰ ਹੀ ਮੈਨੂੰ ਲੱਗਦਾ ਰਮਨ ਨੂੰ ਪੱਗ ਪੁੱਗ ਬੰਨਣ ਆ ਗਏ ਸ਼ਾਇਦ ਅਤੇ ਆਪਾਂ ਵੀ ਰੈਡੀ ਬਸ ਹੋਣਾ ਮੈਂ ਕਹਿੰਦਾ ਐਡੀ ਛੇਤੀ ਖਤਮ ਹੋਣਾ ਵਾ ਕੋਲ ਪੈਂਡ ਹੀ ਤਾਂ ਪਾਉਣਾ ਬਸ ਮਿੰਟੋ ਮਿੰਟ ਪੈ ਜਾਣਾ ਐਡੀ ਛੇਤੀ ਫਿਰ ਬਹਿਣਾ ਹੀ ਪੈਣਾ ਤਿਆਰ ਹੋ ਕੇ ਅਤੇ ਮੇਰੇ ਖਿਆਲ ਨਾਲ ਟਾਈਮ ਹੋ ਗਿਆ ਵਾ 10 ਵਜਣ ਵਾਲੇ ਆ ਅਤੇ 11 ਵਜੇ ਸ਼ਾਇਦ ਤੁਰਨਗੇ ਮੈਨੂੰ ਲੱਗਦਾ ਅਤੇ ਬਾਕੀ ਚਲੋ ਫਿਰ ਨੈਕਸਟ ਵੀਕ ਆਪਣਾ ਬਾਅਦ ਚੋਂ ਐਡ ਕਰਦੇ ਸੋ ਹਾਂਜੀ ਅੱਜ ਆਪਾਂ ਆਤੀ ਵੇਖ ਸਕਦੇ ਸਗਨ 'ਚ ਅਸੀਂ ਪਹੁੰਚ ਗਏ ਹਾਂ ਮਤਲਬ ਇੰਦਰ ਫਾਰਮ 'ਚ ਆ ਸਗਨ ਅਤੇ ਉੱਧਰ ਸਗਨ ਰੈਡੀ ਖਲੋਤੇ ਆ ਆਈ ਮੁੰਡੇ ਦੀ ਭੈਣ ਆ ਦੋਵੇਂ ਭੈਣਾਂ ਆ ਚਾਚੀਆਂ ਦੋਵੇਂ ਓ ਮੰਮੀ ਅਤੇ ਹੁਣ ਅਸੀਂ ਵੇਟ ਕਰਦੇ ਪਏ ਹਾਂ ਸਗਨ ਵਾਲਿਆਂ ਦੀ ਉਹ ਮੇਰੇ ਖਿਆਲ ਥੋੜ੍ਹਾ ਲੇਟ ਹੋ ਗਏ ਆ ਅਤੇ ਬਟ ਮੇਰੇ ਖਿਆਲ ਬਾਹਰ ਹੀ ਖਲੋਤੇ ਕਿਸੇ ਵੇਟ ਕਰਦੇ ਪਏ ਅਤੇ ਆਹ ਤੁਸੀਂ ਵੇਖ ਲਓ ਸਾਰਾ ਪ੍ਰੋਗਰਾਮ ਬਣਾ ਦਾ ਉਹ ਡੀ ਜੇ ਸਟੇਜ ਆ ਇਹ ਸਾਡੇ ਮੁੰਡੇ ਨੇ ਦੂਜਾ ਪ੍ਰੀ ਵੈਡਿੰਗ ਵੀ ਕਰਾਈ ਸੀ ਅਤੇ ਉਹਦੇ ਕੱਲ੍ਹ ਇੱਥੇ ਸਕਰੀਨਾਂ ਵੀ ਲੱਗ ਜਾਣੀਆਂ ਨਾਲ ਹੀ ਉਹ ਐਂਟਰੀ ਆ ਅੰਦਰ ਹੀ ਵਿਖਾ ਲਈ ਅਤੇ ਚਲੋ ਫਿਰ ਜਦੋਂ ਸਗਨ ਵਾਲੇ ਆ ਕੇ ਫਿਰ ਮਿਲਦੇ ਹਾਂ ਲੜਾਈ ਹੋ ਗਈ ਬੱਚਿਆਂ ਦਾ ਕੈਪਚਰ ਕਰਨਾ ਮੁੰਡੇ ਦਾ ਫੋਟੋ ਸ਼ੀਟ ਹੋ ਰਿਹਾ